ਡੇਲੀ ਪੋਸਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ। ਅਸੀਂ ਖੜ੍ਹੇ ਹਾਂ ਜਲੰਧਰ ਦੀ ਫਰੂਟ ਮੰਡੀ ਦੇ ਵਿੱਚ। ਅੱਜ ਤੋਂ ਕਿਸਾਨਾਂ ਦੀ 10 ਦਿਨ ਦੀ ਹੜਤਾਲ ਦਾ ਐਲਾਨ ਸ਼ੁਰੂ ਹੋ ਚੁੱਕਿਆ ਅਤੇ ਇਸ ਹੜਤਾਲ ਦਾ ਅਸਰ ਹੁਣੇ ਨੂੰ ਦੇਖਣਾ ਸ਼ੁਰੂ ਹੋ ਗਿਆ ਹੈ। ਅੱਜ ਜਲੰਧਰ ਦੀ ਮੰਡੀ ਵਿੱਚ ਬਹੁਤ ਜ਼ਿਆਦਾ ਰਸ਼ ਨਹੀਂ ਹੈ। ਲੋਕ ਜਿਹੜਾ ਸਮਾਨ ਪਹਿਲਾਂ ਦਾ ਪਿਆ ਹੈ ਉਹੀ ਵਿਕ ਰਿਹਾ, ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ। ਇੱਥੇ ਕਿਸਾਨ ਜਿਹੜੇ ਹੈ ਸਮਾਨ ਇੱਦਾਂ ਹੀ ਪਿਆ, ਫਰੂਟ ਇੱਦਾਂ ਹੀ ਪਿਆ ਹੈ। ਇਸ ਤੋਂ ਇਲਾਵਾ ਜੇ ਸਬਜ਼ੀ ਮੰਡੀ ਦੀ ਵੀ ਗੱਲ ਕੀਤੀ ਜਾਵੇ, ਸਬਜ਼ੀ ਮੰਡੀ ਦੇ ਵਿੱਚ ਵੀ ਸਮਾਨ ਨਹੀਂ ਵਿਕ ਰਿਹਾ। ਅੱਜ ਕੁਝ ਕਿਸਾਨ ਸਵੇਰੇ ਸਬਜ਼ੀ ਮੰਡੀ ਦੇ ਵਿੱਚ ਆਏ ਸੀ ਅਤੇ ਉਹਨਾਂ ਨੇ ਆ ਕੇ ਇਹਨਾਂ ਨੂੰ ਕੀ ਅਪੀਲ ਕੀਤੀ, ਇਸ ਬਾਰੇ ਆਪਾਂ ਗੱਲ ਕਰਦੇ ਹਾਂ। ਤਾਂ ਦੱਸੋ ਕਿ ਕਿਸਾਨ ਆਏ ਸੀ ਕੀ? ਕਿਸਾਨ ਆਏ ਜੀ, ਉਹਨਾਂ ਨੇ ਆ ਕੇ ਸਾਰਿਆਂ ਨੂੰ ਕਿਹਾ, ਆੜ੍ਹਤੀਆਂ ਨੂੰ ਰਿਕੁਐਸਟ ਕੀਤੀ ਕਿ ਸਾਡਾ ਸਹਿਯੋਗ ਦਿਓ ਔਰ ਮੰਡੀ ਬੰਦ ਕੀਤੀ ਜਾਏ। ਆਪਾਂ ਉਹਨਾਂ ਨੂੰ ਕਿਹਾ ਆਪਾਂ ਮੰਡੀ ਤੁਹਾਡੇ ਨਾਲ ਖੜ੍ਹੇ ਹਾਂ, ਆਪਾਂ ਮੰਡੀ ਬੰਦ ਕਰਾਂਗੇ, ਪਰ ਆਪਣੀ ਵੀ ਆਪਾਂ ਉਹਨਾਂ ਨੂੰ ਦੱਸਿਆ ਕਿ ਜਿਹੜੇ ਮਾਲ ਆਏ ਹੋਏ ਨੇ ਕਿੱਥੇ ਵੇਚੀਏ। ਜੇ ਕਿਸਾਨਾਂ ਦੇ ਮਾਲ ਅਸੀਂ ਵੇਚਦੇ ਹਾਂ, ਅਸੀਂ ਆੜ੍ਹਤੀ ਹਾਂ, ਉਹ ਵੀ ਕਿਸਾਨ ਹੈ, ਜਿਹੜੇ ਵਪਾਰੀ ਸਾਨੂੰ ਮਾਲ ਵੇਚਦੇ ਉਹ ਵੀ ਕਿਸਾਨਾਂ ਕੋਲ ਲੈ ਕੇ ਵੇਚਦੇ ਪਏ ਨੇ। ਜੇ ਕਿਸਾਨਾਂ ਦਾ ਨੁਕਸਾਨ ਹੈ, ਆੜ੍ਹਤੀਆਂ ਦਾ ਵੀ ਨੁਕਸਾਨ ਹੈ, ਵਪਾਰੀਆਂ ਦਾ ਵੀ ਨੁਕਸਾਨ ਹੈ। ਇਸ ਲਈ ਇਸ ਬਾਰੇ ਸਾਰੇ ਸੋਚ ਸਮਝ ਕੇ ਸਟੈਪ ਚੱਕਣ ਕਿ ਜਿਹੜੇ ਮਾਲ 2000 ਕਿਲੋਮੀਟਰ ਤੋਂ ਆਉਣੇ ਨੇ ਉਹ ਵੀ ਕਿਸਾਨਾਂ ਦੇ ਮਾਲ ਆਉਣੇ ਆ, ਉਹ ਕਿਸਾਨਾਂ ਨੂੰ ਉੱਥੇ ਬੰਦ ਕਰਾਇਆ ਜਾਣ, ਉੱਥੋਂ ਬੰਦ ਆਉਣ ਦੀ ਬਜਾਏ ਜਿਹੜੇ 2-4 ਦਿਨ ਹੈ, ਜੇ ਇੱਥੇ ਮਾਲ ਨਹੀਂ ਆਏਗਾ, ਮਾਲ ਦੀ ਹਾਹਾਕਾਰ ਮਚੇਗੀ, ਸਾਰੇ ਭੁੱਖੇ ਮਰਨਗੇ। ਇੱਕ ਗਰੀਬ ਬੰਦਾ ਜਿਹੜਾ 200 ਰੁਪਏ 500 ਰੁਪਏ ਕਮਾਉਂਦਾ ਹੈ, ਇੱਕ ਰੇਹੜੀ ਵਾਲਾ, ਉਹ 2 ਨਗ ਲੈ ਕੇ ਜਾਂਦਾ ਮੰਡੀ ਦੇ ਵਿੱਚੋਂ, 100-200-500 ਘੁਮਾ ਲੈਂਦਾ, ਉਹ ਉਸ ਬੰਦੇ ਦੀ ਰੋਟੀ ਖਤਮ। ਇਸ ਕਰਕੇ ਆਪਾਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਪਰ ਕਿਸਾਨਾਂ ਨੂੰ ਇਹ ਚਾਹੀਦਾ ਪਹਿਲੇ ਪਿੱਛੋਂ ਬੰਦ ਹੋਣ, ਸਹਿਯੋਗ ਪਿੱਛੋਂ ਸ਼ੁਰੂ ਹੁੰਦਾ ਹੈ। ਇੱਥੇ ਆੜ੍ਹਤੀ ਸਹਿਯੋਗ ਦੇਣਗੇ, ਆੜ੍ਹਤੀ ਅੱਜ ਹੀ ਦੁਕਾਨਾਂ ਨੂੰ ਤਾਲਾ ਲਾ ਕੇ ਬੰਦ ਕਰ ਦੇਣਗੇ, ਪਰ ਕਿਸੇ ਦਾ ਨੁਕਸਾਨ ਕਰਕੇ ਫਾਇਦਾ ਨਹੀਂ ਮਿਲੇਗਾ ਕਿਸੇ। ਇਸ ਲਈ ਆਪਾਂ ਚਾਹੁੰਦੇ ਹਾਂ ਕਿ ਸਾਰੇ ਸਾਡੀ ਐਸੋਸੀਏਸ਼ਨ ਨਾਲ ਬੈਠ ਕੇ ਮੀਟਿੰਗ ਕਰਨ ਜਾਂ ਮੰਡੀ ਬੋਰਡ ਨਾਲ ਮੀਟਿੰਗ ਕਰਨ, ਜਿਹੜੇ ਕਿਸਾਨ ਹੈ, ਜਿਹੜਾ ਉਹਨਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਹੱਲ ਕੀਤੀਆਂ ਜਾਣ, ਆਪਾਂ ਉਹਨਾਂ ਦੇ ਨਾਲ ਖੜੇ ਹਾਂ। ਕਹਿਣ ਦਾ ਮਤਲਬ ਹੈ ਕਿ ਇੱਕ ਹਫ਼ਤਾ ਪਹਿਲਾਂ ਜਿਹਨਾਂ ਦੇ ਮਾਲ ਤੁਰੇ ਹੋਏ ਨੇ ਉੱਥੋਂ 2000 ਮੈਕਸੀਮਮ ਵੀ, ਕਮ ਸੇ ਕਮ ਵੀ ਸਾਨੂੰ ਇੱਕ ਹਫ਼ਤੇ ਦਾ ਟਾਈਮ ਚਾਹੀਦਾ ਤਾਂ ਕਿ ਅਸੀਂ ਪਿੱਛੇ ਵੀ ਰਿਪੋਰਟਾਂ ਦੇਈਏ ਕਿ ਤੁਸੀਂ ਮਾਲ ਨਾ ਭੇਜੋ ਅਤੇ ਨਾ ਤੋਂ ਉਹਦੇ ਨਾਲ ਕੀ ਹੋ ਗਿਆ, ਰਸਤੇ ਜਿਹੜੇ ਮਾਲ ਇਸ ਸਮੇਂ ਤੁਰੇ ਹੋਏ ਨੇ, ਜਿਹੜੇ 4-5 ਦਿਨ ਦੇ ਪੈਂਡਿੰਗ ਮਾਲ ਆ ਰਹੇ ਨੇ ਉਹ ਤਾਂ ਆਉਣੇ ਹੀ ਆਉਣੇ ਆ ਭਾਜੀ, ਉਹ ਆਪਾਂ ਹੁਣ ਸੜਕ 'ਤੇ ਸੁੱਟਣੇ ਨਹੀਂ, ਵਪਾਰੀ ਮਰੂਗੇ, ਆੜ੍ਹਤੀ ਵੀ ਮਰੇਗਾ, ਸਾਰੇ ਮਰਨ। ਅੱਜ ਜਿਹੜੇ ਤੁਸੀਂ ਇਹ ਗੱਲ ਇਹਨਾਂ ਨੇ ਵੀ ਕਹੀ ਕਿ 7 ਦਿਨ ਪਹਿਲਾਂ ਦੱਸ ਦੇਣਾ ਚਾਹੀਦਾ ਸੀ, ਜੀ ਹੜਤਾਲ ਅੱਜ ਤਾਂ ਨਹੀਂ ਦੱਸੀ ਗਈ, ਇਸ ਤੋਂ ਪਹਿਲਾਂ ਦੱਸੀ ਗਈ, ਇਸ ਬਾਰੇ ਕੋਈ ਵਿਚਾਰ ਕੀਤਾ ਜੀ? ਕੁਛ ਆਦਮੀਆਂ ਨੂੰ ਪਤਾ, ਕੁਛ ਆਦਮੀਆਂ ਨੂੰ ਨਹੀਂ ਪਤਾ। ਜਿਹੜੇ ਕਿਸਾਨ ਖੇਤ ਦੇ ਵਿੱਚ ਹੈ ਉਹ ਕੋਈ ਟੀ ਵੀ ਥੋੜ੍ਹੀ ਦੇਖ ਰਿਹਾ, ਉਹ 10 ਦਿਨ ਖੇਤ ਦੇ ਵਿੱਚ ਹੀ ਰਹਿੰਦਾ, ਆਪਣੇ ਬਾਗ ਵਿੱਚ ਰਹਿੰਦਾ, ਆਪਣੇ ਬਾਗ ਦੀ ਤਿਆਰੀ ਕਰਦਾ, ਪੈਕਿੰਗ ਕਰਦਾ, ਫਿਰ ਉਹ ਮਾਲ ਭੇਜ ਦਿੰਦਾ। ਸਾਨੂੰ ਵੀ 3 ਦਿਨ ਸੂਚਨਾ ਹੁੰਦੀ ਜਿਹੜਾ ਰਸਤੇ ਦਾ ਮਾਲ ਹੁੰਦਾ ਕਿ ਬਾਊ ਜੀ ਅਸੀਂ ਗੱਡੀ ਤੁਹਾਨੂੰ ਭੇਜ ਦਿੱਤੀ ਹੈ। ਉਹਨਾਂ ਦੀਆਂ ਗੱਡੀਆਂ ਉਹਦਾ 4 ਲੱਖ ਦਾ ਮਾਲ ਜਾਂ 3 ਲੱਖ ਦਾ ਮਾਲ ਹੈ ਤਾਂ ਉਹ ਵੀ ਕਿਸਾਨ, ਅਗਰ ਉਹਦਾ ਮਾਲ ਵਿਕੇਗਾ ਨਹੀਂ ਜਲੰਧਰ ਆ ਕੇ ਕਿਸੇ ਵੀ ਮੰਡੀ ਨਹੀਂ ਵਿਕੇਗਾ, ਉਹਦਾ ਨੁਕਸਾਨ, ਉਹਨੂੰ ਤਾਂ ਕੋਈ ਫਾਇਦਾ ਮਿਲਿਆ ਨਹੀਂ, ਉਹ ਤਾਂ ਸਾਨੂੰ ਦੋਸ਼ ਦੇਗਾ। ਔਰ ਜਿਹੜਾ ਵੀ ਹੜਤਾਲ ਕਿਸਾਨ ਲੋਕ ਕਰ ਰਹੇ ਉਹਨਾਂ ਨੂੰ, ਉਹ ਹੜਤਾਲ ਜੇ ਉਹ ਹੜਤਾਲ ਨੂੰ ਦੋਸ਼ ਦੇਗਾ, ਜੇ ਉਹ ਹੜਤਾਲ ਨੂੰ ਦੋਸ਼ ਦੇਗਾ, ਉਹ ਕਿਸਾਨਾਂ ਦਾ ਮਾਲ ਹੀ ਦੋਏਗਾ ਤੇ ਕਿਸਾਨਾਂ ਨੂੰ ਆੜ੍ਹਤੀ ਪੈਸੇ ਕਿੱਥੋਂ ਦੇਗਾ ਜੇ ਉਹਦਾ ਮਾਲ ਖਰਾਬ ਹੋ ਜਾਏ। ਹੁਣ ਤੁਸੀਂ ਸਸ਼ੋਪਨ 'ਚ ਲੱਗਦਾ ਪੈ ਗਏ ਹੋ ਕਿ ਅਸੀਂ ਹੜਤਾਲ ਕਰਦੇ ਹਾਂ ਅਤੇ ਨੁਕਸਾਨ ਹੁੰਦਾ ਹੈ ਕਿਉਂਕਿ ਸਮਾਨ ਪਿੱਛੋਂ ਆਇਆ, ਤੁਸੀਂ ਕਰੋਗੇ? ਅਸੀਂ ਦੇਖੋ ਜੀ, ਉਹਨਾਂ ਨੂੰ ਆਪਾਂ ਚਾਹੁੰਦੇ ਹਾਂ ਉਹ ਸਾਡੇ ਨਾਲ ਬਹਿ ਕੇ ਗੱਲ ਕਰਨ, ਬਹਿ ਕੇ ਮੀਟਿੰਗ ਕਰਨ, ਜਾਂ ਪਿੱਛੋਂ ਮਾਲ ਰੁਕਾਇਆ ਜਾਵੇ। ਜੇ ਪਿੱਛੋਂ ਮਾਲ ਨਹੀਂ ਰੁਕੇਗਾ, ਮਾਲ ਸਾਰਿਆਂ ਦੇ ਵਪਾਰੀਆਂ ਦੇ ਵੀ ਖਰਾਬ ਹੋਣਗੇ, ਕਿਸਾਨਾਂ ਦੇ ਵੀ ਖਰਾਬ ਹੋਣਗੇ। ਮੰਨ ਲਓ ਅੱਜ ਮੀਟਿੰਗ ਨਹੀਂ ਹੁੰਦੀ, ਉਹ ਕੱਲ੍ਹ ਸਵੇਰੇ ਆ ਜਾਂਦੇ ਨੇ ਬੰਦ ਕਰਾਉਣ ਲਈ, ਹਾਂਜੀ, ਕੋਈ ਤੁਹਾਨੂੰ ਲੱਗਦਾ ਕਿ ਟਕਰਾਵ ਦੀ ਸਥਿਤੀ ਵੀ ਹੋ ਸਕਦੀ ਹੈ? ਬਿਲਕੁਲ ਹੋ ਸਕਦੀ, ਉਹਦੇ ਲਈ ਆਪਾਂ ਐਸੋਸੀਏਸ਼ਨ ਵੱਲੋਂ ਆਪਾਂ ਆਪਾਂ ਤਾਂ ਲੈਟਰ ਲਿਖ ਕੇ ਦਾਂਗੇ। ਅਗਰ ਮਾਰਕੀਟ ਸਾਰੀ ਖੁੱਲ੍ਹੇਗੀ ਤਾਂ ਸਾਰਿਆਂ ਲਈ ਖੁੱਲ੍ਹੇਗੀ, ਨਹੀਂ ਤਾਂ ਇੱਕ ਬੰਦੇ ਲਈ ਨਹੀਂ ਖੁੱਲ੍ਹੇਗੀ। ਉਹਨਾਂ ਨੇ ਕਦੋਂ ਕਿਹਾ ਕਿ ਕੱਲ੍ਹ ਨੂੰ ਕਿੰਨੇ ਕੁ ਵਜੇ ਆਉਣ? ਉਹਨਾਂ ਨੇ ਸਾਨੂੰ ਕੋਈ ਟਾਈਮ ਨਹੀਂ ਦੱਸਿਆ ਜੀ, ਉਹਨਾਂ ਨੇ ਕਿਹਾ ਸਾਡਾ ਸਹਿਯੋਗ ਦਿਓ। ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਾਡੇ ਨਾਲ, ਖੜ੍ਹੇ ਹੋ ਕੇ ਸਾਰੇ ਉੱਚੀ ਸਾਰੇ ਸਾਰਿਆਂ ਨੂੰ ਇਕੱਠੇ ਕਰਕੇ ਬੇਨਤੀ ਕੀਤੀ ਹੈ ਕਿ ਸਾਡਾ ਸਹਿਯੋਗ ਦਿਓ।
ਆਪਾਂ ਉਹਨਾਂ ਆਪਾਂ ਉਹਨਾਂ ਨੂੰ ਸਹਿਯੋਗ ਦੇਣ ਨੂੰ ਤਿਆਰ ਹਾਂ, ਪਰ ਜਿਹੜੇ ਮਾਲ ਆਏ ਹੋਏ ਨੇ ਉਹ ਕਿੱਥੇ ਛੁੱਟ ਗਏ? ਅਤੇ ਤੁਸੀਂ ਫਿਲਹਾਲ ਦੇਖਿਆ, ਇਹ ਤੁਹਾਨੂੰ ਇੱਕ ਅਸੀਂ ਵੀਡੀਓ ਵੀ ਹੁਣੇ ਦਿਖਾਉਂਦੇ ਹਾਂ। ਵੀਡੀਓ ਵਿੱਚ ਵੀ ਉਹਨਾਂ ਨੇ ਇੱਕ ਗੁਜ਼ਾਰਿਸ਼ ਕੀਤੀ ਸੀ, ਕੋਈ ਵੀਡੀਓ ਸਵੇਰੇ ਵਾਇਰਲ ਹੋਈ ਆ, ਉਹਦੇ 'ਚ ਵੀ ਉਹ ਕਿਸਾਨ ਕੁਛ ਕਰ ਰਹੇ ਸੀ। ਕੋਈ ਹੈਗੀ ਤੁਹਾਡੇ ਕੋਲ ਕਿਸੇ ਕੋਲ ਵੀਡੀਓ ਜਿਹਦੇ 'ਚ ਉਹਨਾਂ ਨੇ ਗੁਜ਼ਾਰਿਸ਼ ਕੀਤੀ ਹੈ ਕਿ ਇਸ ਅਸੀਂ ਆ ਕੇ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦੇ ਹਾਂ, ਤੁਹਾਡੇ ਕੋਲ ਕਿਸੇ ਕੋਲ ਵੀਡੀਓ ਹੈ? ਰਾਤ ਨੂੰ ਪਾਏ ਸੀਗੇ ਕਿ 10 ਦਿਨ ਵਾਸਤੇ ਮੰਡੀ ਬੰਦ ਕੀਤੀ ਜਾਏਗੀ, 10 ਦਿਨ ਦੇ ਸਾਡੇ ਕਿਸਾਨਾਂ ਦੀ ਹੜਤਾਲ ਚੱਲੇਗੀ, ਕਿ ਜੋ ਬਾਹਰ ਦਾ ਕਿਸਾਨ ਹੈ ਉਹਨੂੰ ਨਹੀਂ ਪਤਾ ਹੈਗਾ ਉਹਦਾ ਮਾਲ ਆਏਗਾ। ਅਸੀਂ ਵੀ ਆੜ੍ਹਤੀ ਲੋਕ ਉਧਾਰ ਵੇਚਣੇ ਹਾਂ, ਅਗਰ ਬਾਜ਼ਾਰ ਦੇ ਵਿੱਚ ਮਾਰਕੀਟ ਨਹੀਂ ਚੱਲੇਗੀ ਤਾਂ ਆੜ੍ਹਤੀ ਵੀ ਮਰੇਗਾ, ਨਾਲ ਕਿਸਾਨ ਦੀ ਰਕਮ ਵੀ ਮਰੇਗੀ। ਮੰਡੀ ਬੰਦ ਉਹਨਾਂ ਨੇ ਕਿਹਾ ਜੇ 10 ਦਿਨ ਮੰਡੀ ਬੰਦ ਕੀਤੀ ਜਾਵੇ ਤਾਂ ਇਹ ਮੰਡੀ ਬੋਰਡ ਨੂੰ ਚਾਹੀਦਾ ਸੀ ਕਿ ਮੰਡੀ ਬੰਦ ਕਰਾਵੇ। ਜੀ ਜੀ, ਮੰਡੀ ਬੋਰਡ ਕੋਲ ਕਿਸਾਨ ਕਿਉਂ ਨਹੀਂ ਗਏ? ਉਹਨਾਂ ਉਹ ਮੰਡੀ ਬੋਰਡ ਚਾਹੇ ਸਭ ਕੁਝ ਕਰ ਸਕਦੀ, ਮੰਡੀ ਬੋਰਡ ਕਹੇ ਅੱਜ ਹੁਣੇ ਮੰਡੀ ਬੰਦ ਹੈ ਤੇ ਬੰਦ ਹੈ, ਕਿਉਂ ਨਹੀਂ ਗਏ ਕਿਸਾਨ? ਇਹ ਇਸ ਬਾਰੇ ਸਾਨੂੰ ਨਹੀਂ ਪਤਾ, ਆਪਾਂ ਆੜ੍ਹਤੀ ਹਾਂ, ਅਸੀਂ ਕਿਸਾਨ ਨਹੀਂ। ਹੁਣ ਆਪਾਂ ਸਿੱਧੀ ਸਿੱਧੀ ਗੱਲ ਕਰੀਏ, ਕੀ ਹੋ ਸਕਦਾ? ਕੁਛ ਵੀ ਕਿਹਾ ਹੋ ਸਕਦਾ ਜੀ। ਹੁਣੇ ਮੈਂ ਲੁਧਿਆਣੇ ਤੋਂ ਫੋਨ ਕਰ ਆੜ੍ਹਤੀਆਂ ਕੋਲ ਰਿਪੋਰਟ, ਕਹਿੰਦੇ ਇੱਥੇ ਕੋਈ ਖੱਪ ਕਰਨਾ ਨਹੀਂ ਹੈ, ਸਾਨੂੰ ਕੋਈ ਕਿਸੇ ਨੇ ਨਹੀਂ ਕਿਹਾ, ਇੱਥੇ ਆਰਾਮ ਨਾਲ ਮਾਲ ਵਿਕੇਗਾ ਮੰਡੀ ਦੇ ਵਿੱਚ, ਆਲੇ ਸ਼ਹਿਰਾਂ 'ਚ। ਥੋੜ੍ਹਾ ਜਿਹਾ ਖੌਫ ਆਇਆ ਕਿ ਉਹ ਜਲੰਧਰ ਮੰਡੀ 'ਚ ਆਇਆ ਹੋਇਆ ਜੀ, ਉੱਧਰ ਮੰਡੀ 'ਚ ਆਇਆ ਹੋਇਆ, ਹੁਸ਼ਿਆਰਪੁਰ ਮੰਡੀ ਬੰਦ ਕਰਤੀ, ਜਦੋਂ ਫੋਨ ਕੀਤਾ ਹੁਸ਼ਿਆਰਪੁਰ ਮੰਡੀ ਖੁੱਲ੍ਹੀ ਹੋਈ। ਉਹ ਕਹਿੰਦੇ ਜੀ 12 ਵਜੇ ਤੋਂ ਬਾਅਦ ਬਹਿ ਕੇ ਗੱਲ ਕਰਾਂਗੇ ਮਾਲ ਵੇਚਣ ਤੋਂ ਬਾਅਦ, ਆੜ੍ਹਤੀ ਨੇ ਇਹ ਕਿਸਾਨਾਂ ਨੂੰ ਕਿਹਾ। ਜੇ ਤੁਸੀਂ ਸੁਣਿਆ ਕਿ 12 ਵਜੇ ਤੋਂ ਬਾਅਦ ਇੱਕ ਮੀਟਿੰਗ ਹੋਣ ਦੇ ਚਾਂਸ ਹੈ, ਅਤੇ ਇਸ ਤੋਂ ਇਲਾਵਾ ਸਿਰਫ ਜਲੰਧਰ ਦੀ ਮੰਡੀ 'ਚ ਹੀ ਕਿਸਾਨ ਆਏ ਅਤੇ ਉਹਨਾਂ ਨੇ ਆ ਕੇ ਅਪੀਲ ਕੀਤੀ ਹੈ, ਜਿਸ ਅਪੀਲ ਨੂੰ ਆੜ੍ਹਤੀਆਂ ਨੇ ਮੰਨ ਲਿਆ, ਪਰ ਫਿਰ ਵੀ ਗੱਲ ਜਿਹੜੀ ਮੀਟਿੰਗ 'ਤੇ ਹੋਏਗੀ, ਇਸ ਤੋਂ ਇਲਾਵਾ ਟਕਰਾਅ ਦੀ ਸਥਿਤੀ ਵੀ ਹੋ ਸਕਦੀ ਹੈ, ਕਿਉਂਕਿ ਜੇ ਮੀਟਿੰਗ ਨਾ ਹੋਈ ਤਾਂ ਉਹ ਕਿਸਾਨ ਇੱਥੇ ਆ ਜਾਂਦੇ, ਇਹਨਾਂ ਨੂੰ ਬੰਦ ਕਰਨ ਲਈ ਕਹਿਣਗੇ, ਅਤੇ ਇਹ ਵੀ ਹੋ ਸਕਦਾ ਉਸਦਾ ਵਿਰੋਧ ਕਰਨੇ। ਇਸ ਕਰਕੇ ਪੰਜਾਬ ਮੰਡੀ ਬੋਰਡ ਨੂੰ ਚਾਹੀਦਾ ਕਿ ਇਸ ਬਾਰੇ ਸੋਚਣ, ਤਾਂ ਕਿ ਕਿਸੇ ਤਰ੍ਹਾਂ ਦੀ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ, ਅਤੇ ਇਸ ਤੋਂ ਇਲਾਵਾ ਜੇ ਕੋਈ ਲੋਕਾਂ ਨੂੰ ਨੁਕਸਾਨ ਹੋਏਗਾ ਉਸ ਬਾਰੇ ਵੀ ਸੋਚਿਆ ਜਾਵੇ, ਸੇਫਟੀ ਬਾਰੇ ਵੀ ਪੁਲਿਸ ਨੂੰ ਸੋਚਣਾ ਚਾਹੀਦਾ, ਉਸ ਸੇਫਟੀ ਬਾਰੇ ਵੀ ਪੁਲਿਸ ਨੂੰ ਸੋਚਣਾ ਚਾਹੀਦਾ ਹੈ। ਪਰਮਜੀਤ ਸਿੰਘ ਰੰਗਪੁਰੀ, ਡੇਲੀ ਪੋਸਟ, ਜਲੰਧਰ।